दोस्तों नमस्कार। भारतीय किसान यूनियन एकता सिद्धूपुर का एक वफद अज अबोहर के बिजली महकमे के दफ्तर में अधिकारियों मिलिया और पिंडा विच बिना मर्जी तो लगाए जा रहे स्मार्ट बिजली मीटर का विरोध किया। नाल ही 4 स्मार्ट मीटर भी बिजली महकमे के अधिकारियों सौंपे ते मांग की कि किसी के घर में भी जबरदस्ती स्मार्ट मीटर ना लगाए जाए। इस गल उपर सहमति देंदे हुए बिजली महकमे के अधिकारियों ने कहा कि जिन्हां दे मीटर नवे लगने हैं जां सड़े मीटर नूं बदलना है उन्हां दे घर ही स्मार्ट मीटर लगाए जाणगे, जबकि पुराने मीटरां नूं बदलन दा हुणे कोई प्रपोजल महकमे वल्लों नहीं आया है। स्मार्ट मीटर दा विरोध है, उह कहिंदे वी साडा सारे पंजाब च विरोध है, स्मार्ट मीटर असीं नहीं लाउण देणे। जबकि कोई साडे कोल लिखती तां कोई आया नहीं, कहिंदे साडी मीटिंग होई पटियाले, लिखती साडा फैसला होवे नहीं लाउणा। उह असीं फैसला मंगे वी, तुसीं फैसला दे दिओ जे कोई हैगा लिखती इस तरहां दा। ठीक है, कल दा कहे सानूं तुसीं फैसला लिया के तुहानूं कल देवांगे। ठीक है जी। अज किन्ने क मीटर वापस लै के आए? 4 ही मीटर लै के आए वापस। ठीक है जी। ਲੋਕਾਂ ਨੂੰ ਕੀ ਦੱਸਣਾ ਚਾਹੋਗੇ ਜਿਨ੍ਹਾਂ ਦੇ ਮਤਲਬ ਮੀਟਰ ਖਰਾਬ ਹੈ ਜਾਂ ਬਦਲਾਉਣਾ ਚਾਹੁੰਦੇ ਹੋ? ਉਹ ਮਤਲਬ ਸਮਾਰਟ, ਦੇਖੋ ਸਮਾਰਟ ਮੀਟਰ ਹੀ ਅਵੇਲੇਬਲ ਹੈ ਉਹਨਾਂ ਡਿਪਾਰਟਮੈਂਟ 'ਚ, ਸਮਾਰਟ ਬਦਲਾਉਣ ਨਹੀਂ ਤਾਂ ਐਵਰੇਜ ਉਹਨਾਂ ਦੀ ਐਕਸੈਸ ਆਵੇਗੀ, ਫਿਰ ਬਿੱਲ ਉਹਨਾਂ ਤੋਂ ਮਤਲਬ ਗਲਤ ਹੋ ਕਹਿਣਗੇ ਸਾਡੇ ਬਿੱਲ ਜ਼ਿਆਦਾ ਆ ਰਹੇ ਹੈ। ਠੀਕ ਹੈ ਜੀ। ਮੀਟਰ ਕੋਈ ਨਹੀਂ ਹੈਗਾ, ਕਈਆਂ ਨੂੰ ਪ੍ਰੀਪੇਡ ਦੀ ਇੱਕ ਹੈਗਾ ਅਫਵਾਹ ਫੈਲੀ ਹੋਈ ਪ੍ਰੀਪੇਡ ਹੋ ਜਾਣਗੇ, ਹਲੇ ਤਾਂ ਕੋਈ ਇਸ ਤਰ੍ਹਾਂ ਦੇ ਨਹੀਂ ਹੈਗੀ ਪ੍ਰੀਪੇਡ ਹੋਣੇ, ਹਲੇ ਤਾਂ ਕੋਈ ਚੱਲਣਗੇ। ਉਸੇ ਤਰ੍ਹਾਂ 600 ਯੂਨਿਟ ਮਾਫ ਵੀ ਚੱਲ ਰਹੀ ਹੈ, ਜਿਹੜੇ ਲੱਗੇ ਆ ਉਹ ਵੀ ਕੋਈ ਇਸ ਤਰ੍ਹਾਂ, ਸਾਨੂੰ ਅੱਜ ਤੱਕ ਕੋਈ ਸਿੰਗਲ ਕੰਪਲੇਂਟ ਨਹੀਂ ਹੈਗੀ ਵੀ ਸਮਾਰਟ ਮੀਟਰ ਤੇਜ਼ ਚੱਲ ਰਿਹਾ ਜਾਂ ਸਾਨੂੰ ਬਿੱਲ ਗਲਤ ਆ ਗਿਆ। ਇਹ ਪਿੰਡ ਭਾਵ ਵਾਲੇ ਭਾਵਲ ਵਾਸੀ ਇਹਨਾਂ ਨੇ ਪਰਸੋਂ ਜਿਹੜੇ ਹੈਗੇ ਸੀ ਦੁਪਹਿਰਾਂ ਵੇਲੇ ਕਾਫੀ ਚਿੱਪ ਦੇ ਮੀਟਰ, ਚਿੱਪ ਵਾਲੇ ਮੀਟਰ ਲੈ ਕੇ ਗਏ ਸੀ, ਜਿਹਨਾਂ ਵਿੱਚੋਂ 10-15 ਮੀਟਰ ਇਹਨਾਂ ਲਾ ਲਏ। ਅਤੇ ਜਦੋਂ ਪਿੰਡ ਇਹਨਾਂ ਨੇ ਦੁਪਹਿਰਾਂ ਵੇਲੇ 2 ਵਜੇ ਲਾਏ ਨੇ, ਸ਼ਾਮ ਨੂੰ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਵੀ ਮੀਟਰ ਲਾਉਣ ਲੱਗੇ ਆ, ਉਹਨਾਂ ਨੇ ਫਿਰ ਸਪੀਕਰ 'ਚ ਹੋਕਾ ਦੇ ਕੇ ਗੁਰੂ ਘਰ 'ਤੇ ਸਾਰੇ ਪਿੰਡ ਵਾਲੇ ਇਕੱਠੇ ਹੋ ਗਏ। ਨਾਲ ਸਾਡੇ ਕੋਈ ਯੂਨੀਅਨ ਦੇ ਆਗੂ ਸੀ ਜਿਹੜੇ ਪਿੰਡ ਦੇ ਤੇ ਵਰਕਰ ਸੀ ਸਾਡੇ, ਉਹਨਾਂ ਨੇ ਫਿਰ ਇਕੱਠੇ ਹੋ ਕੇ ਨਿਰਮਲ ਸਿੰਘ ਸਾਡਾ ਜਿਹੜਾ ਬਲਾਕ ਪ੍ਰਧਾਨ ਹੈ ਉਹਦੇ ਨਾਲ ਗੱਲਬਾਤ ਕੀਤੀ ਅਤੇ ਉਹ ਅੱਜ ਸਾਰੇ ਮੀਟਰ ਲਾ ਕੇ ਇੱਥੇ ਲੈ ਕੇ ਆਏ ਨੇ। ਇਹਨਾਂ ਨੂੰ ਅਸੀਂ ਵਾਰੀ ਵਾਰੀ ਕਹਿ ਰਹੇ ਹਾਂ ਵੀ ਜਦੋਂ ਸਾਡਾ ਪਟਿਆਲੇ ਵਾਲੇ ਅੰਦੋਲਨ ਦੇ ਵਿੱਚ ਸਾਰਾ ਲਿਖਤੀ ਸਮਝੌਤਾ ਹੋਇਆ ਇਹਨਾਂ ਨਾਲ ਵੀ ਜਿਹੜੇ ਚਿੱਪ ਵਾਲੇ ਮੀਟਰ ਅਸੀਂ ਨਹੀਂ ਲਾਵਾਂਗੇ, ਅਤੇ ਇਹ ਹੁਣ ਧੱਕੇ ਨਾਲ ਲਾਉਂਦੇ ਸੀ ਪਰ ਹੁਣ ਜਿਹੜੀ ਸਾਡੀ ਗੱਲਬਾਤ ਹੋਈ ਹੈ ਮੰਨ ਗਏ ਆ ਉਹਦੇ ਵਿੱਚ ਵੀ, ਜੇ ਘਰ ਦਾ ਕੋਈ ਐਗਰੀ ਹੋਵੇਗਾ ਜਿਨ੍ਹਾਂ ਦੇ ਮੀਟਰ ਸੜੇ ਨੇ, ਉਹ ਵੀ ਜਿਨ੍ਹਾਂ ਦੇ ਸਹੀ ਮੀਟਰ ਉਹ ਨਹੀਂ ਬਦਲਾਂਗੇ, ਜਿਨ੍ਹਾਂ ਦੇ ਸੜੇ ਮੀਟਰ ਨੇ ਜੇ ਘਰ ਵਾਲੇ ਐਗਰੀ ਹੋਣਗੇ ਤਾਂ ਉਹ ਮੀਟਰ ਲਾਵਾਂਗੇ। ਅਤੇ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਅੱਗੇ ਤੋਂ ਵੀ ਤੁਸੀਂ ਐਕਸ਼ਨ ਸਾਹਿਬ ਸਾਰਿਆਂ ਨੂੰ ਹਦਾਇਤ ਕਰਨ, ਆਪਦੇ ਜਿੰਨੇ ਵਰਕਰ ਥੱਲੇ ਬਿਨ ਪੁੱਛਿਆ ਕਿਸੇ ਦਾ ਮੀਟਰ ਨਾ ਚੇਂਜ ਕਰਨ, ਜੇ ਬਿਨ ਪੁੱਛਿਆ ਮੀਟਰ ਚੇਂਜ ਕਰਨਗੇ ਉੱਥੇ ਕੋਈ ਵਾਦ ਵਿਵਾਦ ਹੁੰਦਾ ਤਾਂ ਉਹਦੇ ਜ਼ਿੰਮੇਵਾਰ ਇਹ ਆਪ ਖੁਦ ਪ੍ਰਸ਼ਾਸਨ ਹੋਵੇਗਾ, ਕਿਉਂਕਿ ਪਿੰਡ ਦੇ ਵਿੱਚ ਇੱਕ ਨਿੱਕੀ ਜਿਹੀ ਗੱਲ ਤੋਂ ਇਸ਼ੂ ਬਣ ਜਾਂਦਾ। ਜੇ ਤਾਂ ਕਿਸੇ ਦਾ ਨੁਕਸਾਨ ਹੋਇਆ ਕੋਈ ਆਪਦੇ ਮਰਜ਼ੀ ਨਾਲ ਵਾਰਿਆ ਤਾਂ ਜੀ ਸਦਕੇ ਲਾਉਣ, ਪਰ ਜੇ ਤੁਸੀਂ ਐਵੇਂ ਧੱਕੇ ਨਾਲ ਮੀਟਰ ਬਦਲਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬੋਰ ਦੀ ਗਈ ਜਿੰਨੀ ਵੀ ਕਾਈ ਬੱਲੂਆਂ ਨੇ ਦੀ ਅਸੀਂ ਨਹੀਂ ਲੱਗਣ ਦੇਣੇ। ਅੱਜ ਕਿੰਨੇ ਮੀਟਰ ਲੈ ਕੇ ਆਏ ਜੀ, ਕੀ ਸਮੱਸਿਆ ਕੀ ਆ ਰਹੀ ਸੀ? ਇਹ ਸਮੱਸਿਆ ਜੀ ਜਿਹੜੇ ਚਿੱਪ ਵਾਲੇ ਮੀਟਰ ਲਾ ਰਹੇ ਆ ਇਹ, ਜੋ ਕਿ ਜਥੇਬੰਦੀਆਂ ਨੇ ਸਾਫ਼ ਤੌਰ 'ਤੇ ਸਰਕਾਰ ਨੂੰ ਵੀ ਕਿਹਾ ਹੋਇਆ ਵੀ ਚਿੱਪ ਵਾਲੇ ਮੀਟਰ ਅਸੀਂ ਨਹੀਂ ਲੱਗਣ ਦਿੰਦੇ, ਕਿਉਂਕਿ ਇਹ ਜਿਹੜੇ ਮੀਟਰ ਹੈ ਜੋ 2020 ਬਿੱਲ ਹੈ, ਬਿਜਲੀ ਸੋਧ ਬਿੱਲ ਜੋ ਸੈਂਟਰ ਸਰਕਾਰ ਲੈ ਕੇ ਆ ਰਹੀ ਸੀ, ਜਿਹਦੇ ਵਾਸਤੇ ਅਸੀਂ ਸਾਲ ਦਿੱਲੀ ਅੰਦੋਲਨ ਵੀ ਲੜਿਆ, ਉਹਦੇ ਤਹਿਤ ਹੀ ਇਸ ਸਕੀਮ ਦੇ ਤਹਿਤ ਹੀ ਇਹ ਮੀਟਰ ਲਾ ਰਹੇ ਆ। ਸੋ ਇਹ ਅਸੀਂ ਸਾਫ਼ ਸ਼ਬਦਾਂ 'ਚ ਇਹਨਾਂ ਨੂੰ ਕਿਹਾ ਹੋਇਆ, ਸਰਕਾਰ ਨੂੰ ਵੀ ਕਿਹਾ ਹੋਇਆ ਵੀ ਚਿੱਪ ਵਾਲੇ ਮੀਟਰ ਅਸੀਂ ਨਹੀਂ ਲੱਗਣ ਦਿੰਦੇ। ਸੋ ਇਹ ਕੱਲ੍ਹ ਇੱਥੇ ਭਾਵਲ ਵਾਸੀ ਪਿੰਡ ਆ ਉੱਥੇ ਲਾਉਣ ਗਏ ਸੀਗੇ, ਸੋ ਅਸੀਂ ਉਹ ਮੀਟਰ ਵਾਪਸ ਪੱਟ ਕੇ ਇਹਨਾਂ ਨੂੰ ਜਮ੍ਹਾਂ ਕਰਵਾ ਦਿੱਤੇ ਆ ਵੀ ਅਸੀਂ ਇਹ ਮੀਟਰ ਨਹੀਂ ਲੱਗਣ ਦਿੰਦੇ, ਜਿਹੜੇ ਪੁਰਾਣੇ ਮੀਟਰ ਉਹਨਾਂ ਦੇ ਲੱਗੇ ਸੀ ਉਹੀ ਮੀਟਰ ਉਹਨਾਂ ਦੇ ਦੁਬਾਰੇ ਲਾਏ ਜਾਣ। ਮੰਨੀ ਕਿ ਨਹੀਂ ਮੰਨੀ ਗੱਲ? ਨਹੀਂ, ਐਕਸ਼ਨ ਸਾਹਿਬ ਮੰਨ ਗਏ ਆ, ਉਹ ਐਗਰੀ ਹੋ ਗਏ ਆ, ਉਹ ਕਹਿੰਦੇ ਵੀ ਅਸੀਂ ਚਲੋ ਇਹ ਤੁਹਾਡੇ ਮੀਟਰ ਜਮ੍ਹਾਂ ਕਰ ਲਏ ਆ ਅਤੇ ਅੱਗੇ ਤੋਂ ਅਸੀਂ ਜੋ ਵੀ ਹੈ ਮਤਲਬ ਜੇ ਕਿਸੇ ਦੇ ਮੀਟਰ ਲਾਵਾਂਗੇ ਤਾਂ ਉਹਨਾਂ ਦੀ ਮਨਜ਼ੂਰੀ ਲੈ ਕੇ ਲਾਵਾਂਗੇ ਘਰ ਵਾਲੇ ਦੀ, ਨਾ ਕਿ ਉਹਨਾਂ ਤੋਂ ਬਿਨਾਂ ਪੁੱਛੇ ਚੋਰੀ ਛੁਪ ਕੇ ਉੱਥੇ ਮੀਟਰ ਲਾਉਣ ਜਾਵਾਂ।